जनसंसद कार्यक्रम के दौरान कांग्रेस सांसद रवनीत बिट्टू का सिंगू बॉर्डर पर जबरदस्त विरोध हुआ, यहां तक कि काफी देर धक्का मुक्की भी हुई और इनकी गाड़ी पर हमला भी किया गया जिसमें सांसद की गाड़ी के शीशे तोड़ दिए गए। आपको बता दें कि रविवार को जनसंसद कार्यक्रम में कांग्रेस सांसद गुरजीत सिंह औजला, रवनीत सिंह बिट्टू और विधायक कुलबीर सिंह जीरा हिस्सा लेने पहुंचे थे। वहीं इस पर कांग्रेस सांसद रवनीत सिंह बिट्टू ने कहा कि किसानों की आड़ में कुछ लोग माहौल खराब करना चाहते हैं, इसलिए किसान संगठनों से अपील है कि ऐसे लोगों को आंदोलन से बाहर करें। ਔਜਲਾ ਸਾਹਿਬ ਜੀਰਾ ਜੀ ਮੈਂ ਅਸੀਂ ਜਾ ਕੇ ਉੱਥੇ ਉਸਦੇ ਸਾਰੇ ਜਦੋਂ ਉਤਰੇ ਉਹਨਾਂ ਨੇ ਕਦੇ ਫੋਟੋਆਂ ਕਦੇ ਤਸਵੀਰਾਂ ਖਿੱਚ ਰਹੇ ਸੀ ਬੜੇ ਖੁਸ਼ੀ ਨਾਲ ਉਹ ਸਾਡੇ ਨਾਲ ਤੁਸੀਂ ਬਹੁਤ ਵਧੀਆ ਜੀ 40-50 ਦਿਨ ਹੋ ਗਏ ਕੌਣ ਬੈਠਾ ਹੈ ਤੁਸੀਂ ਬੈਠੇ ਹੋ ਤੇ ਇੱਕਦਮ ਜਿਵੇਂ ਗੁਰੀਲਾ ਵਾਰ ਚੱਲਦੀ ਹੁੰਦੀ ਹੈ ਉਹ ਲੋਕ ਨੇ ਝੰਡੇ ਲੈ ਕੇ ਉੱਥੋਂ ਹਜ਼ਾਰਾਂ ਦੀ ਗਿਣਤੀ 'ਚ ਲੈ ਕੇ ਸਾਡੇ 'ਤੇ ਹਮਲਾ ਕੀਤਾ। ਅਸੀਂ ਤਾਂ ਕੋਈ ਗਨਮੈਨ ਨਹੀਂ ਸਾਡੇ ਨਾਲ, ਅਸੀਂ ਤਾਂ ਇਕੱਲੇ ਇੱਕ ਪਰਨੇ ਬੰਨ ਕੇ ਗਏ ਸੀ, ਕੋਈ ਸਾਡੇ ਨਾਲ ਸਿਕਿਉਰਿਟੀ ਨਹੀਂ ਸੀ। ਅਸੀਂ ਬਥੇਰਾ ਕਿਹਾ ਵੀ ਬੇਟਾ ਆਪਾਂ ਤਾਂ ਪੂਰੇ ਦਿੱਲੀ 'ਚ ਹਾਂ, ਦਿੱਲੀ 'ਚ ਪੰਜਾਬ ਦਾ ਏਕਾ ਦਿਖਾਈਏ, ਆਪਾਂ ਇੱਕ ਦੂਜੇ ਦੀ ਪੱਗ ਲਾ ਕੇ ਨਾ ਦਿਖਾਈਏ ਪੰਜਾਬ 'ਚ, ਕਿਸੇ ਨੇ ਆਪਾਂ ਨੂੰ ਬਖਸ਼ਣਾ ਨਹੀਂ ਗਾ। ਪਰ ਉਹਨਾਂ ਨੂੰ ਕੋਈ ਨਹੀਂ, ਉਹ ਦੇ ਮੇਰੇ ਸਭ ਤੋਂ ਪਹਿਲਾਂ ਸਿਰ 'ਚ ਪਿੱਛੇ ਜਿਹੜਾ ਵੱਡਾ ਸੋਟਾ ਸੀ ਉਹ ਮਾਰਿਆ, ਤੇ ਫਿਰ ਕਿਸੇ ਨੇ ਜਿਹਦੇ ਹੱਥ 'ਚ ਵਰਸ਼ਾ, ਜਿਹਦੇ ਹੱਥ 'ਚ ਕਿਰਪਾਨ, ਜਿਹਦੇ ਹੱਥ 'ਚ ਕੁਛ ਸੀ, ਉਹਨੇ ਸਾਰੇ ਕਾਤਲਾਨਾ ਹਮਲੇ ਕੀਤੇ। ਕਿਸਾਨਾਂ ਨੇ ਸਾਰਿਆਂ ਨਾਲ ਫੋਟੋ ਕਰਾਈਆਂ, ਕੋਈ ਮੇਰਾ ਖਿਆਲ 100 ਦੇ ਕਰੀਬ ਲੋਕਾਂ ਨੇ ਫੋਟੋ ਕਰਾਈ ਜਿਹੜੀ ਕਿ ਤੁਹਾਡੇ ਸਾਹਮਣੇ ਆਈ ਜਾਣੀ ਹੈ। ਪਰ ਬਾਅਦ ਦੇ ਵਿੱਚ ਇੱਕ ਗਰੁੱਪ ਜਿਹਾ ਆਇਆ, ਜਿਵੇਂ ਉਹਨਾਂ ਨੂੰ ਕਿਵੇਂ ਪਤਾ ਲੱਗਾ ਜਾਂ ਉਹਨਾਂ ਨੂੰ ਪਹਿਲਾਂ ਪਤਾ ਹੋਊਗਾ ਕਿ ਅਸੀਂ ਆ ਰਹੇ, ਕਿ ਉਸਦਾ ਉਹਨਾਂ ਸਟੇਜ ਵਾਲੇ ਨੇ ਅਨਾਊਂਸ ਕੀਤਾ ਹੋਵੇ, ਉਹਨਾਂ ਨੇ ਆ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਇੱਥੇ ਨਹੀਂ ਆ ਸਕਦੇ। ਉਹਨਾਂ ਨੂੰ ਸਮਝਾਇਆ ਗਿਆ ਵੀ ਅਸੀਂ ਤਾਂ 50 ਦਿਨ ਤੋਂ ਅੱਗੇ ਸਮਰਥਨ ਦੇਈ ਬੈਠੇ, ਅਸੀਂ ਤਾਂ ਕੋਈ ਬਾਹਰ ਵੀ ਨਹੀਂ ਸੁਣਦੇ, ਅਸੀਂ ਤਾਂ ਸੁਣਦੇ ਵੀ ਠੰਡ ਦੇ ਵਿੱਚ ਹੈ। ਪਰ ਉਹ ਇਵੇਂ ਜਿਵੇਂ ਕੋਈ ਰਾਜਨੀਤਿਕ ਤੌਰ 'ਤੇ ਉਹਨਾਂ ਨੂੰ ਸਮਝਾ ਕੇ ਭੇਜਿਆ ਹੁੰਦਾ, ਉਹ ਟਲੇ ਹੀ ਨਹੀਂ। ਔਰ ਉਹਨਾਂ ਨੇ ਕਾਤਲਾਨਾ ਹਮਲਾ ਜਿਹੜਾ ਬੜੀ ਬੁਰੀ ਤਰ੍ਹਾਂ ਰਵਨੀਤ ਬਿੱਟੂ ਹੋਣਾ ਅਤੇ ਕੁਲਵੀਰ ਜੀਰੇ ਅਤੇ ਮੇਰੇ ਅਤੇ ਸਭਨਾਂ ਦੇ ਉੱਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਰਨ ਦੀ। ਪਰ ਉੱਥੇ ਚੰਗੇ ਬੰਦੇ ਵੀ ਸਨ, ਬਹੁਤ ਵਧੀਆ ਬੰਦੇ ਵੀ, ਕਿਸਾਨ ਸੀ ਜਿਹੜੇ, ਉਹਨਾਂ ਨੇ ਸਾਹਮਣੇ ਆ ਕੇ ਸਾਰਿਆਂ ਦਾ ਬਚਾਅ ਕੀਤਾ ਅਤੇ ਸਾਰਿਆਂ ਨੂੰ ਉੱਥੋਂ ਕੱਢਿਆ। ਅਸੀਂ ਕਿਸਾਨਾਂ ਨੂੰ ਸਮਰਥਨ ਦੇਣ ਲਈ ਅਸੀਂ ਅਹੁਦੇ ਛੱਡ ਕੇ ਇੱਕ ਕਿਸਾਨ ਦੇ ਪੁੱਤਰ ਹੋ ਕੇ ਅਸੀਂ ਇੱਥੇ ਬੈਠੇ ਹਾਂ ਔਰ ਅਸੀਂ ਉੱਥੇ ਡਟੇ ਰਹੇ ਔਰ ਉਦੋਂ ਬਾਅਦ ਉਹਨਾਂ ਜਥੇਬੰਦੀਆਂ ਜਦੋਂ ਸਾਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਤਾਂ ਉਹਨਾਂ ਲੋਕਾਂ ਦਾ ਵਸ ਨਹੀਂ ਚੱਲਿਆ ਔਰ ਉਹਨਾਂ ਨੇ ਪਿੱਛੋਂ ਜਿਹੜਾ ਸੀ ਕਿ ਬਿੱਟੂ ਜੀ ਦੇ ਸਿਰ ਦੇ ਵਿੱਚ ਜਿਹੜੇ ਝੰਡਾ ਜਿਹੜਾ ਪਾਇਆ ਹੋਇਆ ਸੀਗਾ ਜਿਹਦੇ 'ਚ ਰਾਜ ਕਰੇਗਾ ਖਾਲਸਾ ਲਿਖਿਆ ਸੀ, ਉਹ ਝੰਡਾ ਜਿਹੜਾ ਬਿੱਟੂ ਜੀ ਦੇ ਸਿਰ 'ਚ ਮਾਰਿਆ, ਜਦੋਂ ਡਾਂਗ ਮਾਰੀ ਤਾਂ ਉਦੋਂ ਜਿਹੜਾ ਪਹਿਲਾਂ ਸਾਫਾ ਉੱਥੇ ਲੱਦਾ ਜਿੱਥੇ ਬੈਠੇ ਸੀ, ਉਦੋਂ ਬਾਅਦ ਫਿਰ ਜਦੋਂ ਸਾਫਾ ਲੱਥਾ ਤਾਂ ਜਦੋਂ ਮੈਂ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਨੇ ਮੇਰੇ ਵੀ ਜਿਹੜੀ ਪੱਗ ਸੀ ਉਹ ਵੀ ਲਾਤੀ। ਮੈਂ ਕਿਸਾਨ ਲੀਡਰਾਂ ਨੂੰ ਬੇਨਤੀ ਕਰਨੀ ਚਾਹੁੰਦਾ, ਇਸ ਅੰਦੋਲਨ ਨੂੰ ਖਰਾਬ ਕਰਨ ਲਈ ਤੁਸੀਂ ਰੋਜ਼ ਏਜੰਸੀਆਂ ਦੇ ਬੰਦੇ ਫੜਦੇ ਹੋ ਔਰ ਅੱਜ ਵੀ ਜਿਹੜਾ ਇਹ ਕੰਮ ਕਰਕੇ ਅੰਦੋਲਨ ਨੂੰ ਬੜੀ ਵੱਡੀ ਜਿਹੜੀ ਉਹ ਢਾਹ ਲੱਗੀ ਏ ਔਰ ਰੋਜ਼ ਰਾਜੇਵਾਲ ਸਾਹਿਬ, ਰੋਜ਼ ਅਗਰਾਹਾਂ ਸਾਹਿਬ, ਰੋਜ਼ ਚੜੂਨੀ ਸਾਹਿਬ ਇਹ ਬੇਨਤੀਆਂ ਕਰਦੇ ਨੇ ਕਿ ਬਾਈ ਕਿਸੇ ਦਾ ਵਿਰੋਧ ਨਹੀਂ ਕਰਨਾ ਜਿਹੜੇ ਕਿਸਾਨਾਂ ਦਾ ਸਮਰਥਨ ਕਰਦੇ ਆ। ਅੱਜ ਸਾਡੇ ਸਰਪੰਚ, ਸਾਡੇ ਅਹੁਦੇਦਾਰ ਜਿਹੜੇ ਆ, ਆਹ ਸਾਡੇ ਕੋਲ ਤੇਜ ਸਿੰਘ ਜੀ ਲੌਕਾ ਬੈਠੇ ਨੇ, ਇਹ ਵੀ ਆ ਉੱਥੋਂ ਸੰਗਤਾਂ ਦੇ ਟਰੈਕਟਰ ਲੈ ਕੇ ਆਏ ਨੇ ਔਰ ਮੈਂ ਗੱਲ ਕਹਿੰਦਾ, ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਕਿ ਜੇ ਆਪਾਂ ਅੰਦੋਲਨ ਕਾਮਯਾਬ ਕਰਨਾ ਸਿਰਫ ਕਿਸਾਨੀ ਦਾ ਝੰਡਾ ਲੱਗਾ ਹੋਵੇ, ਸਿਰਫ ਉੱਥੇ ਜਿਹੜਾ ਦੇਸ਼ ਦਾ ਝੰਡਾ ਲੱਗਾ ਹੋਵੇ, ਉੱਥੇ ਇਹੋ ਜਿਹੇ ਰਾਜ ਕਰੇਗਾ ਖਾਲਸਾ ਵਾਲੇ ਜਿਹੜੇ ਖਾਲਿਸਤਾਨੀ ਝੰਡੇ ਨੇ, ਜਿਹੜੇ ਏਜੰਸੀਆਂ ਦੇ ਬੰਦੇ ਨੇ, ਉਹਨਾਂ ਨੂੰ ਬਾਹਰ ਕਰੋ, ਨਹੀਂ ਤਾਂ ਇਹ ਲੋਕ ਆਪਣਾ ਅੰਦੋਲਨ ਜਿਹੜਾ ਉਹ ਖਰਾਬ ਕਰਨਗੇ।